ਸਤਿ ਸ਼੍ਰੀ ਅਕਾਲ ਦੋਸਤੋ, ਨਮਸਕਾਰ। ਮੈਂ ਤੁਹਾਡਾ ਆਪਣਾ ਜਗਦੀਸ਼ ਕੁਮਾਰ ਜੱਗਾ। ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਲੋਕ ਬਲਾਈ ਟਰੱਸਟ ਵੱਲੋਂ, ਪੰਜਾਬ ਲੋਕ ਕਾਂਗਰਸ ਵੱਲੋਂ ਤੁਹਾਨੂੰ ਨਵੇਂ ਸਾਲ 2022 ਦੀਆਂ ਲੱਖ ਲੱਖ ਵਧਾਈ ਦਿੰਦਾ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਤੁਸੀਂ ਸਾਰੇ ਹੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਅਤੇ ਤੁਹਾਡੇ ਸਾਰਿਆਂ ਦੇ ਘਰ ਖੁਸ਼ੀ ਆਵੇ ਅਤੇ ਤੁਸੀਂ ਸਾਰੇ ਹੀ ਤੰਦਰੁਸਤ ਰਹੋ। ਮੈਂ ਦੋਸਤੋ ਤੁਹਾਨੂੰ ਬੇਨਤੀ ਵੀ ਕਰਨਾ ਚਾਹੁੰਦਾ, ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਰੋਨਾ ਦੀ ਤੀਜੀ ਲਹਿਰ ਆਉਣ ਦਾ ਖਤਰਾ ਹੈ, ਤੁਸੀਂ ਆਪਣਾ ਧਿਆਨ ਜ਼ਰੂਰ ਰੱਖੋ। ਇੱਕ ਵਾਰੀ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਦਾ। ਧੰਨਵਾਦ, ਤੁਹਾਡਾ ਆਪਣਾ ਜਗਦੀਸ਼ ਕੁਮਾਰ ਚੱਕਾ। ਮੈਂ ਸਾਧੂ ਸਿੰਘ ਖਲੌਰ ਸਮੁੱਚੇ ਪੰਜਾਬੀਆਂ ਅਤੇ ਸਾਰੇ ਭਾਰਤੀਆਂ ਨੂੰ, ਦੇਸ਼ਾਂ ਵਿਦੇਸ਼ਾਂ 'ਚ ਬੈਠੇ ਸਾਡੇ ਸਕੇ ਸੰਬੰਧੀਆਂ, ਦੋਸਤਾਂ, ਮਿੱਤਰਾਂ ਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਦਾ ਅਤੇ ਨਾਲ ਸ਼ੁਭਕਾਮਨਾਵਾਂ ਪੇਸ਼ ਕਰਦਾ ਕਿ ਆਉਣ ਵਾਲੇ ਦਿਨ, ਆਉਣ ਵਾਲਾ ਨਵਾਂ ਸਾਲ ਤੁਹਾਨੂੰ ਤਰੱਕੀਆਂ ਲੈ ਕੇ ਆਵੇ, ਤੁਹਾਡੀਆਂ ਜਿਹੜੀਆਂ ਨੇਕ ਇੱਛਾਵਾਂ ਉਹ ਪੂਰੀਆਂ ਕਰੇ। ਇੰਨੀਆਂ ਬੇਨਤੀਆਂ ਕਰਦਾ ਹੋਇਆ ਸਾਰਿਆਂ ਨੂੰ ਦੁਬਾਰੇ ਫਿਰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ, ਮਿਹਰਬਾਨੀ, ਧੰਨਵਾਦ। ਮੈਂ SMS ਸੰਧੂ, ਪੰਜਾਬ ਲੋਕ ਕਾਂਗਰਸ ਵੱਲੋਂ ਨਵਾਂ ਸਾਲ 2022 ਵਾਸਤੇ ਹਲਕਾ ਡੇਰਾ ਬੱਸੀ ਅਤੇ ਹਲਕਾ ਰਾਜਪੁਰਾ ਦੇ ਸਮੂਹ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹੋਇਆ ਇਹ ਮਨੋਕਾਮਨਾ ਕਰਦਾ ਹਾਂ ਕਿ ਆਉਣ ਵਾਲਾ ਸਮਾਂ, ਆਉਣ ਵਾਲਾ ਸਾਲ 2022 ਤੁਹਾਡੇ ਸਾਰਿਆਂ ਵਾਸਤੇ ਖੁਸ਼ੀਆਂ ਲੈ ਕੇ ਆਵੇ, ਤਰੱਕੀਆਂ ਲੈ ਕੇ ਆਵੇ ਔਰ ਹਲਕੇ ਦੋਨੇ ਹੀ, ਡੇਰਾ ਬੱਸੀ ਔਰ ਰਾਜਪੁਰਾ, ਇੱਕ ਖਾਸ ਤੌਰ 'ਤੇ ਇੱਕ ਨਵਾਂ ਸਰੂਪ ਲੈ ਕੇ ਸਾਹਮਣੇ ਪੇਸ਼ ਹੋਵੇ ਤਾਂ ਕਿ ਤੁਸੀਂ ਸਾਰੇ ਜਾਣੇ ਖੁਸ਼ੀਆਂ ਮਾਣ ਸਕੋ। ਮੈਂ ਨਵੀਂ ਬਦਲਦੀ ਰਾਜਨੀਤੀ ਦੇ ਮੁਤਲਕ ਵੀ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਨਵੀਂ ਬਦਲਦੀ ਰਾਜਨੀਤੀ 2022 ਦੇ ਵਿੱਚ ਸਰਕਾਰ ਬਣਨ ਤੋਂ ਬਾਅਦ ਪੰਜਾਬ ਨੂੰ ਇੱਕ ਦਫਾ ਫਿਰ ਸੁਨਹਿਰਾ ਪੰਜਾਬ ਬਣਾਉਣ ਵਿੱਚ ਯਤਨਸ਼ੀਲ ਹੋਏਗੀ। ਪੰਜਾਬ ਖੁਸ਼ੀਆਂ ਵਾਲਾ ਪੰਜਾਬ ਹੋਵੇਗਾ, ਪੰਜਾਬ ਨਸ਼ਾ ਰਹਿਤ ਪੰਜਾਬ ਹੋਵੇਗਾ, ਪੰਜਾਬ ਆਪਸੀ ਭਾਈਚਾਰੇ ਦੀ ਸਾਂਝ ਵਿੱਚ ਮਜ਼ਬੂਤੀ ਨਾਲ ਉਤਰੇਗਾ ਔਰ ਇੱਕ ਦਫਾ ਫਿਰ ਪੰਜਾਬ ਨਵੀਂ ਰਾਹ 'ਤੇ ਚੱਲਦਾ ਹੋਇਆ ਦੇਸ਼ ਦੇ ਵਿੱਚ, ਦੁਨੀਆ ਦੇ ਵਿੱਚ ਆਪਣਾ ਨਾਮ ਪੈਦਾ ਕਰੇਗਾ। ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਇੱਕ ਵਾਰ ਫਿਰ ਆਪਣੇ ਵੱਲੋਂ, ਸੰਧੂ ਫਾਰਮ ਬਨੂੜ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਵੱਡੀ ਮੁਬਾਰਕਬਾਦ ਦਿੰਦਾ ਹਾਂ, ਬਹੁਤ ਲੱਖ ਲੱਖ ਵਧਾਈ ਦਿੰਦਾ ਹੋਇਆ ਖਿਮਾ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਰਾਮ, ਪ੍ਰਣਾਮ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ। ਪਰਮਾਤਮਾ ਕਰੇ ਆਉਣ ਵਾਲਾ ਨਵਾਂ ਸਾਲ 2022 ਤੁਹਾਡੇ ਲਈ, ਤੁਹਾਡੇ ਪਰਿਵਾਰ ਲਈ ਖੁਸ਼ੀਆਂ ਭਰਿਆ ਹੋਵੇ, ਤੁਹਾਡੇ ਨਾਲ ਜੁੜਿਆ ਹਰ ਕੋਈ ਤਰੱਕੀਆਂ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਤਰਸੇਮ ਸਿੰਘ, ਬੇਰੁਜ਼ਗਾਰ ਲੋਕ ਨਿਆਂ ਪਾਰਟੀ, ਨੈਸ਼ਨ ਪ੍ਰੈਜੀਡੈਂਟ, ਨਵੇਂ ਸਾਲ ਦੇ ਸ਼ੁਭ ਅਵਸਰ 'ਤੇ ਆਪ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਸ਼ੁਭਕਾਮਨਾਵਾਂ ਕਰਦਾ ਹਾਂ। ਨਵਾਂ ਸਾਲ ਆਪ ਸਭ ਲਈ ਖੁਸ਼ੀਆਂ ਭਰਿਆ ਹੋਵੇ ਅਤੇ ਫਿਰ ਤੋਂ ਮੈਂ ਨਵੇਂ ਸਾਲ ਦੀ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।